ਕਰੋਨਾ ਬਣ ਕੇ ਆ ਗਏ ਨੇ ਸਾਡੇ ਲਈ ਖਾਨ ਸਾਹਿਬ ਅੱਛਾ ਹਕੀਕਤ ਹੈ ਬਹੁਤ ਹੀ ਜ਼ਿਆਸਤੀ ਕਰ ਰਹੇ ਨੇ ਜ਼ੁਲਮ ਦੀ ਅਖੀਰ ਕਰ ਛੜੀ ਹੈ ਇੰਨਾ ਕੁ ਜ਼ੁਲਮ ਇਹਨੇ ਕੀਤਾ ਹੈ ਕਿ 80 ਸਾਲ 'ਚ ਕਿਸੇ ਵਜ਼ੀਰ ਆਜ਼ਮ ਨੇ ਨਹੀਂ ਕੀਤਾ ਜਿੰਨਾ ਅੱਛਾ ਬਣਨਾ ਚਾਹਦੇ ਅਸੀਂ ਨਾ ਜੋ ਜੋ ਇਹਨੇ ਗੱਲਾਂ ਕੀਤੀਆਂ ਨੇ ਸਾਰੀਆਂ ਝੂਠੀਆਂ ਫਰਾਡ ਗੈਰਤ ਆਜ਼ਮ ਬੰਦਾ ਹੁਣ ਆਪਣੇ ਬੀਵੀ ਬੱਚੇ ਲੈ ਕੇ ਜਾ ਕੇ ਉੱਥੇ ਥੱਲੇ ਬਹਿਈਏ ਜਾਂ ਕੁਰਸੀਆਂ 'ਤੇ ਬਹਿਈਏ ਅਤੇ ਕੀ ਅਸੀਂ ਉੱਥੇ ਚੰਗੇ ਲੱਗਦੇ ਹਾਂ ਰਾਸ਼ਨ ਖਾਣ 'ਤੇ ਜਾਂਦੇ ਹਾਂ ਉਹ ਸਾਨੂੰ ਮਜ਼ਦੂਰੀ ਦੇ ਕੰਮ ਦੇ ਅਸੀਂ ਆਪਣਾ ਕਰਕੇ ਖਾਣਾ ਚਾਹੁੰਦੇ ਮੈਂ ਲੰਗੜਾ ਲੂਲਾ ਮੈਨੂੰ ਸ਼ਰਮ ਨਹੀਂ ਆਏਗੀ ਉੱਥੇ ਫ੍ਰੀ ਦੀ ਰੋਟੀ ਖਾਂਦੇ ਆ ਲੋਕੀ ਵੀ ਮਜ਼ਾਕ ਕਰਦੇ ਇਹਦੀ ਵਾਰੀ ਕੋਈ ਨਹੀਂ ਕਹਿ ਸਕਦਾ ਬਿੱਲ ਪਾੜੋ ਕੋਈ ਇਸਲਾਮਾਬਾਦ ਬੰਦ ਨਹੀਂ ਕਰ ਸਕਦਾ ਹੁਣ ਕਿੱਥੇ ਗਏ ਉਹ ਕਾਦਰੀ ਸਾਹਿਬ ਯੇ ਉਹ ਕਿਸੇ ਨੂੰ ਨਹੀਂ ਹੈ ਸ਼ਰਮ ਹਜ਼ਾ ਆ ਰਹੀ ਇਹ ਜ਼ੁਲਮ ਦੀ ਅਖੀਰ ਕਰ ਛੜੀ ਇਹਨੇ ਤਬਾਹੀ ਖੁਦਾ ਦੀ ਕਸਮੇ ਮੁਲਕ ਦੀ ਇੰਨੀ ਕੁ ਤਬਾਹੀ ਇੰਨਾ ਕੁ ਨੁਕਸਾਨ ਸਾਰੇ 'ਚ ਜਾ ਰਿਹਾ ਇਹ ਕਹਿੰਦਾ ਫਲਾਣਾ ਲੁੱਟ ਕੇ ਲੈ ਗਿਆ ਕਿਹੜੇ 100 ਦਿਨ ਤੇਰੇ ਆ ਗਏ ਉਹ ਹੁਣ ਤੇ 3 ਸਾਲ ਹੋ ਚੱਲੇ ਨੇ ਉਹ ਕਿੰਨੇ 100 ਦਿਨ ਲੰਘੇ ਨੇ ਕਿਉਂ ਨਹੀਂ ਖਾਨ ਸਾਹਿਬ ਤੁਹਾਨੂੰ ਆ ਰਹੀ ਹਕੂਮਤ ਕਰਨਾ ਉਹ ਖੁਦਾ ਦੀ ਕਸਮ ਹੈ ਕਿਸੇ ਉਹ ਚੂੜੇ ਨੂੰ ਬਿਠਾ ਹਟਦੇ ਨਾ ਉਹ ਇਹਦੇ ਨਾਲ ਅੱਛੀ ਘੁੰਮਾ ਚਲਾ ਲੈਣੀ ਸੀ ਜਾਂਦੇ ਉਹ ਇੱਕ ਰਕਸ਼ਾ ਡਰਾਈਵਰ ਯਕੀਨ ਕਰੋ ਉਹ ਜਿਹੜਾ ਨਾ ਅੱਛਾ ਚਲਾ ਲਏਗਾ ਅੱਛੇ ਤਰੀਕੇ ਨਾਲ ਇਲੈਕਸ਼ਨ ਕਰਾਉਣ ਇਮਾਨਦਾਰੀ ਨਾਲ ਹੈ ਨਾ ਕੋਈ ਲੜਾਈ ਝਗੜਾ ਹੋਏ ਨਾ ਕੋਈ ਇਹ ਬੰਦਾ ਮਰੇ ਕੋਈ ਜਿਸ ਨਾਲ ਡਸਕੇ ਹੋਇਆ ਹੈ ਕਿਸੇ ਨਾਲ ਜ਼ੁਲਮ ਨਾ ਹੋਏ ਸਿਆਸੀ ਜਿਹੜਾ ਕੋਈ ਜਿੱਥੇ ਵੋਟ ਪਾਉਣਾ ਚਾਹੁੰਦਾ ਉਹਨੂੰ ਤਹਫਜ਼ ਮਿਲੇ ਯਾਨੀ ਕਿ ਖਾਨ ਸਾਹਿਬ ਆਵਾਮ ਕੋਲੋਂ ਰੋਟੀ ਕਪੜਾ ਮਕਾਨ ਛੀਨ ਰਹੇ ਨੇ ਹਾਂਜੀ ਕੀ ਕਹਿੰਦੇ ਹੋ ਤੁਸੀਂ ਉਹ ਜਨਾਬੇ ਵਾਲਾ ਕੋਈ ਸ਼ੱਕ ਨਹੀਂ ਬਲਾਵਲ ਸਾਹਿਬ ਬਿਲਕੁਲ ਦਰੁਸਤ ਕਹਿ ਰਹੇ ਨੇ ਅੱਛਾ ਤੇ ਅੱਲਾ ਦੇ ਹੁਕਮ ਨਾਲ ਇਹ ਗੱਲ ਮੈਂ ਵੀ ਇਹ ਗੱਲ ਕਵਾਂਗਾ ਕਿ ਰੋਟੀ ਕਪੜਾ ਮਕਾਨ ਕੀ ਖੁਦਾ ਦੀ ਕਸਮ ਹੈ ਸਾਡੇ ਸਾਵਾਂ ਦੇ ਵਿੱਚ ਇਹਦੀ ਜਿਹੜੇ ਨੇ ਨਾ ਹਜ਼ਰਾਤ ਵੜ ਗਏ ਨੇ ਕਰੋਨਾ ਬਣ ਕੇ ਆ ਗਏ ਨੇ ਸਾਡੇ ਲਈ ਖਾਨ ਸਾਹਿਬ ਅੱਛਾ ਹਕੀਕਤ ਹੈ ਬਹੁਤ ਹੀ ਜ਼ਿਆਸਤੀ ਕਰ ਰਹੇ ਨੇ ਜ਼ੁਲਮ ਦੀ ਅਖੀਰ ਕਰ ਛੜੀ ਹੈ ਇੰਨਾ ਕੁ ਜ਼ੁਲਮ ਇਹਨੇ ਕੀਤਾ ਹੈ ਕਿ 80 ਸਾਲ 'ਚ ਕਿਸੇ ਵਜ਼ੀਰ ਆਜ਼ਮ ਨੇ ਨਹੀਂ ਕੀਤਾ ਜਿੰਨਾ ਅੱਛਾ ਬਣਨਾ ਚਾਹਦੇ ਅਸੀਂ ਨਾ ਜੋ ਜੋ ਇਹਨੇ ਗੱਲਾਂ ਕੀਤੀਆਂ ਨੇ ਸਾਰੀਆਂ ਝੂਠੀਆਂ ਫਰਾਡ ਹਕੂਮਤ ਅੱਗੇ ਮਿਹਰਬਾਨੀ ਅਸੀਂ ਇਹਨਾਂ ਦਾ ਕੱਖ ਨਹੀਂ ਕਰ ਸਕਦੇ ਵਜ਼ੀਰ ਆਜ਼ਮ ਸਾਹਿਬ ਨੇ ਇਹ ਜੋ ਹੁਕਮ ਜਾਰੀ ਕਰਨ ਸਾਡੇ ਲਈ ਅਦਭੁਤ ਰਾਮ ਹੈ ਇਹ ਮਿਹਰਬਾਨੀ ਕਰਨ ਸਾਡੇ ਲਈ ਇਹ ਸਿਰਫ ਹੋਰ ਕੋਈ ਨਹੀਂ ਇਹ ਗਰੀਬਾਂ ਲਈ ਸਿਰਫ ਮਹਿੰਗਾਈ ਸਿਰਫ ਆਟਾ ਰੋਟੀ ਚੀਨੀ ਮਾਂ ਔਰਾਂ ਦੀ ਗੱਲ ਹੈ ਜਿਹੜੀ ਇਹ ਸਸਤਾ ਕਰਨ ਅੱਛਾ ਲੱਗਣਗੇ ਹੋਰ ਕੀ ਹੈ ਇਹ ਗਰੀਬ ਨੇ ਰੋਟੀ ਖਾਣੀ ਹੈ ਜਦੋਂ ਇਹ ਹੀ ਨਹੀਂ ਉਹਨੂੰ ਲੱਭਣੀ ਤੇ ਕੀ ਗਰੀਬ ਕੀ ਕਰੇ ਜਿਹੜੇ ਉਹਨਾਂ ਨੇ ਰਾਸ਼ਨ ਖਾਨੇ ਖੋਲੇ ਨੇ ਰਾਮਕਾਵਾ ਖੋਲੀ ਨਹੀਂ ਸਰ ਜੀ ਸਾਨੂੰ ਅਜਰ ਆਹੀ ਕੋਈ ਕਮੀ ਲੋਕ ਨਹੀਂ ਜੱਟ ਜ਼ਿਮੀਦਾਰ ਲੋਕ ਹੈ ਮਿਹਨਤ ਕਰਕੇ ਖਾਣ ਵਾਲੇ ਆ ਅਸੀਂ ਆਪਣੇ ਬੀਵੀ ਬੱਚਿਆਂ ਨੂੰ ਲੈ ਕੇ ਗੈਰਤਮੰਦ ਬੰਦਾ ਅਸੀਂ ਰਾਸ਼ਨ ਉੱਥੇ ਨਹੀਂ ਫੈਮਲੀਆਂ ਨੂੰ ਲੈ ਕੇ ਜਾ ਸਕਦੇ ਅਸੀਂ ਆਪਣਾ ਮਿਹਨਤ ਕਰਕੇ 3000 ਦਾ 4 ਕਿਲੋ ਨਮਕ 4 ਠੀਕ ਹੈ ਠੀਕ ਹੋ ਗਿਆ ਮਾਂ ਜੀ ਜਾਓ ਤੁਸੀਂ ਇੱਧਰ ਵੇਖੋ ਗੈਰਤਮੰਦ ਬੰਦਾ ਹੁਣ ਆਪਣੇ ਬੀਵੀ ਬੱਚੇ ਲੈ ਕੇ ਜਾ ਕੇ ਉੱਥੇ ਥੱਲੇ ਬਹਿਈਏ ਜਾਂ ਕੁਰਸੀਆਂ 'ਤੇ ਬਹਿਈਏ ਅਤੇ ਕੀ ਅਸੀਂ ਉੱਥੇ ਚੰਗੇ ਲੱਗਦੇ ਹਾਂ ਰਾਸ਼ਨ ਖਾਣ 'ਤੇ ਜਾਂਦੇ ਹਾਂ ਉਹ ਸਾਨੂੰ ਮਜ਼ਦੂਰੀ ਦੇ ਕੰਮ ਦੇ ਅਸੀਂ ਆਪਣਾ ਕਰਕੇ ਖਾਣਾ ਚਾਹੁੰਦੇ ਮੈਂ ਲੰਗੜਾ ਲੂਲਾ ਮੈਨੂੰ ਸ਼ਰਮ ਨਹੀਂ ਆਏਗੀ ਉੱਥੇ ਫ੍ਰੀ ਦੀ ਰੋਟੀ ਖਾਂਦੇ ਆ ਲੋਕੀ ਵੀ ਮਜ਼ਾਕ ਕਰਦੇ ਉਹ ਯਾਰ ਉੱਥੇ ਗਿਆ ਰੋਟੀ ਖਾਣ ਫ੍ਰੀ ਦੇ ਹੋਟਲ 'ਚ ਬਦਨਾਮੀ ਹੈ ਬਿਸਤੀ ਹੈ ਸਾਨੂੰ ਇਹ ਨਹੀਂ ਚਾਹੀਦਾ ਸਾਨੂੰ ਬਿਜ਼ਨਸ ਦੇ ਕਾਰੋਬਾਰ ਦੇ ਕਿਹੜੇ ਗੋਰੇ ਕੰਮ ਕਰਦੇ ਪਏ ਨੇ ਇੱਥੇ ਆ ਕੇ ਮੈਨੂੰ ਦੱਸਣ ਦੇ ਸਹੀ ਇਸਲਾਮਾਬਾਦ ਇਹਨੇ ਇੰਨਾ ਕੁ ਧੰਨੇ ਦੇ ਵਿੱਚ ਜ਼ਲੀਲ ਕਰ ਛੜਿਆ ਸੀ ਹਕੂਮਤ ਨੂੰ ਵੀ ਨਵਾਜ਼ ਸ਼ਰੀਫ ਨੂੰ ਵੀ ਸਭ ਨੂੰ ਇੱਧਰ ਇਹ ਬਿੱਲ ਪਾੜੋ ਇਹ ਜਦੋਂ ਬਿੱਲ ਪਤਾ ਕਿੰਨਾ ਸੀ ਮੇਰਾ 800 ਰੁਪਈਆ ਬਿੱਲ ਸੀ ਅਤੇ ਮੈਂ ਬਿੱਲ ਨਹੀਂ ਪਾੜਿਆ ਅਤੇ ਹੁਣ 8000 ਰੁਪਇਆ ਮੈਂ ਕਿੱਥੇ ਬਿੱਲ ਪਾੜਾਂ ਹੁਣ ਕੌਣ ਬਿੱਲ ਪਾੜੇਗਾ ਇਹਦੇ ਇਹਦੀ ਵਾਰੀ ਕੋਈ ਨਹੀਂ ਕਹਿ ਸਕਦਾ ਬਿੱਲ ਪਾੜੋ ਕੋਈ ਇਸਲਾਮਾਬਾਦ ਬੰਦ ਨਹੀਂ ਕਰ ਸਕਦਾ ਕਿਸੇ ਦੀ ਜ਼ਰੂਰਤ ਨਹੀਂ ਹੈ ਕਿਉਂ ਨਹੀਂ ਕਰ ਰਹੇ ਅਸਰਾਂ ਹੁਣ ਕਿੱਥੇ ਗਈਆਂ ਪਾਰਟੀਆਂ ਹੁਣ ਕਿੱਥੇ ਗਏ ਉਹ ਕਾਦਰੀ ਸਾਹਿਬ ਯੇ ਉਹ ਕਿਸੇ ਨੂੰ ਨਹੀਂ ਹੈ ਸ਼ਰਮ ਹਜ਼ਾ ਆ ਰਹੀ ਇਹ ਜ਼ੁਲਮ ਦੀ ਅਖੀਰ ਕਰ ਛੜੀ ਇਹਨੇ ਤਬਾਹੀ ਖੁਦਾ ਦੀ ਕਸਮੇ ਮੁਲਕ ਦੀ ਇੰਨੀ ਕੁ ਤਬਾਹੀ ਇੰਨਾ ਕੁ ਨੁਕਸਾਨ ਸਾਰੇ 'ਚ ਜਾ ਰਿਹਾ ਇਹ ਕਹਿੰਦਾ ਫਲਾਣਾ ਲੁੱਟ ਕੇ ਲੈ ਗਿਆ ਕਿਹੜੇ 100 ਦਿਨ ਤੇਰੇ ਆ ਗਏ ਉਹ ਹੁਣ ਤੇ 3 ਸਾਲ ਹੋ ਚੱਲੇ ਨੇ ਉਹ ਕਿੰਨੇ 100 ਦਿਨ ਲੰਘੇ ਨੇ ਕਿਉਂ ਨਹੀਂ ਖਾਨ ਸਾਹਿਬ ਤੁਹਾਨੂੰ ਆ ਰਹੀ ਹਕੂਮਤ ਕਰਨਾ ਉਹ ਖੁਦਾ ਦੀ ਕਸਮ ਹੈ ਕਿਸੇ ਉਹ ਚੂੜੇ ਨੂੰ ਬਿਠਾ ਹਟਦੇ ਨਾ ਉਹ ਇਹਦੇ ਨਾਲ ਅੱਛੀ ਘੁੰਮਾ ਚਲਾ ਲੈਣੀ ਸੀ ਜਾਂਦੇ ਉਹ ਇੱਕ ਰਕਸ਼ਾ ਡਰਾਈਵਰ ਯਕੀਨ ਕਰੋ ਉਹ ਜਿਹੜਾ ਨਾ ਅੱਛਾ ਚਲਾ ਲਏਗਾ ਜੀ ਇਹਨੂੰ ਬਿਲਕੁਲ ਨਹੀਂ ਚਲਾਉਣਾ ਆ ਰਿਹਾ ਤੁਸੀਂ ਵਜ਼ੀਰ ਆਜ਼ਮ ਬਣਦੇ ਤੁਸੀਂ ਕੀ ਕਰੋਗੇ ਪਾਕਿਸਤਾਨ ਵਾਸਤੇ ਮੈਂ ਖੁਦਾ ਦੀ ਕਸਮ ਹੈ ਜਿਵੇਂ ਕਸ਼ਮੀਰ 'ਚ ਜੰਗ ਹੋ ਰਹੀ ਹੈ ਨਾ ਮੈਂ ਜੰਗ ਕਰਕੇ ਵੀ ਦੱਸਾਂ ਤੇ ਮੁਲਕ ਨੂੰ ਬਣਾ ਕੇ ਵੀ ਦੱਸਾਂ ਅੱਛਾ ਹਾਂ ਖਾਨ ਸਾਹਿਬ ਵੀ ਕਹਿੰਦੇ ਸਨ ਖਾਨ ਸਾਹਿਬ ਇੱਧਰ ਵਕੀਲ ਬਣਨਾ ਚਾਹੁੰਦੇ ਜੇ ਵਜ਼ੀਰ ਆਜ਼ਮ ਹੋ ਕੇ ਕਹਿੰਦਾ ਮੈਂ ਵਕਾਲਤ ਕਰ ਰਹਾ ਹਾਂ ਵਜ਼ੀਰ ਇਹ ਕਿਉਂ ਨਹੀਂ ਕਹਤੇ ਹੁਣ ਕੋ ਕਿ ਇਹ ਜਾਂ ਜੰਗ ਬੰਦ ਕਰੋ ਜਾਂ ਅਗਰ ਨਹੀਂ ਬੰਦ ਕਰਨੀ ਤਾਂ ਜੰਗ ਕਰੋ ਕਿਉਂ ਹਮ ਕਿਸੇ ਸੇ ਕਮਜ਼ੋਰ ਹੈ ਐਟਮੀ ਤਾਕਤ ਹੈ ਹਮਾਰੇ ਬੱਚੋਂ ਪਰ ਜ਼ੁਲਮ ਹੋ ਰਿਹਾ ਉਧਰ ਬੀਵੀ ਬੱਚੇ ਅੰਦਰ ਹੀ ਮਰ ਗਏ ਹੈ ਕਸ਼ਮੀਰ ਵਾਲੇ ਕਿਉਂ ਉਨ੍ਹਾਂ ਦਾ ਸਾਥ ਨਹੀਂ ਦਿਆ ਜਾ ਰਿਹਾ ਕਿਆ ਕਰ ਰਹੀ ਹੈ ਇਹ ਐਟਮੀ ਤਾਕਤ ਹਕੂਮਤ
लेकिन हान साहब कहंदे ने अज तक किसी ने यूएन दे विच कश्मीर दे हवाले नाल आवाज नहीं सी उठाई। नहीं नहीं खान साहब ने नहीं उठाई, हुकूमत ने नहीं उठाई, ये कश्मीरी उठा रहे हैं, वो मर रहे हैं। ये कौन कहता खान साहब उत्थे जाके एक घंटा भी नहीं खलो सकते उन्होंने नाल? हाँ जी, ये बनी काला में बैठे हुए हैं, वो कुत्तों को रोटी डाल लेते हैं जो रखे हैं, बस वो उनको इंसानों का नहीं पता, ये भूखे हैं। हाँ लेकिन हान साहब ते कहंदे सन कि जेरी मेरी 24 साल दी मेहनत है। हाँ जी बिलहसूस गरीब आवाम वास्ते सर जी, जेरी 24 साल दी मेहनत सी ना वो सर जी हुण पूरी हो रही है। किस तरह? हाँ जी, किस तरह की सारी कमाई है, 100 साल भी इहदियां नस्लां आ के खांदियां रहिण ना मुकदा नहीं, जिन्ना किन्ना 25 साल दी मेहनत। कहंदे ने मेरी हुकूमत दे विच करप्शन खत्म हो गई, मैं करप्शन खत्म की, हर बंदा करप्शन यकीन कर 100 रुपया दो उसे टाइम छड दिंदे ने। अच्छा हाँ जी, ए नहीं चेक करते जेब च की है, कि करप्शन खत्म की थी है। कई बार एंजॉय है, कोई करप्शन नहीं खत्म हुई थी, करप्शन बढ़ गई है, हर बंदा करप्ट है, करप्शन कर रहा है। अच्छा, कोई करप्शन नहीं। केरे वजीर आजम का दौर जरा सी खुशहाल सी, मैं कहना सब तो अच्छा जरा मुशरफ ने दौर कटिया, कोई बंदा रोड तो नहीं आया, गरंटी शुदा बात है। ऐलान किया मेरी हुकूमत आवाम 200 रुपये लीटर 100 रुपये लीटर पेट्रोल पवा सकती है, और पवाया जो नवाज शरीफ ने पेट्रोल सस्ता किया 78 रुपये लीटर तो 200 रुपये 300 लीटर भी पवाया, तो 100 रुपया मुशरफ साहब ने नहीं पेट्रोल किया, तो वेखो हूँ की हिसाब है, पेट्रोल फिर महंगा कर दिता है, पवा रही है 100 तो 90 रुपये लीटर आया। हाँ जी 78 रुपये लीटर भी कहना, इन्होंने दारा नवा बनाया, मुशरफ साहब की बहुत अच्छी हुकूमत सी, उन्हें 11 बाई बनाई, ये वो कितने इदारे बनाए, नादरा बनाई, ये वाल्टन वाले बनाए, सेहत कार्ड दी तेने इन्होंने, टाइगर फोर्स बनाई है खान साहब की हुकूमत विच, टाइगर फोर्स बनी है। हाँ जी बनाई है, वो कोई हर्ज नहीं, मैं मानना इस चीज़ का। तो बाकी उन्होंने बहुत अदारे फिर पेट्रोलियम वाले भी बनाए सन, बहुत अदारे उन्होंने बनाए सन, अच्छी हुकूमत। फिर नवाज शरीफ ने बहुत अच्छी हुकूमत की थी सी, और बहुत अच्छे 3 साल काट के कहंदे ने मैं हर अदारे दे विच करप्शन खत्म की थी है, वो उन्होंने कहने नाल नहीं खत्म हो गई, कोई खत्म नहीं हुई, करप्शन वैसे ही चल रही है। अच्छा। हाँ जी अजय जितने बड़े बदमाश गुंडे लोग हैं उन लोगों ने वो रखे हैं 4-5 गनमैन, एक बंदा मार देते हैं, बाद में वो चवारा गरीब आदमी जेल काट रहा है, गोगी भट्ट साहब, तीफी भट्ट साहब, नाजी भट्ट साहब बैठे हुए हैं बाहर, कभी उनको देखा 7-7, 8-8, 10-10 बंदे मारे हैं उन लोगों ने, वो नहीं जानते वे की है, ए फलाना जी है, नाजी भट्ट है, गोगी भट्ट, तीफी भट्ट, बावर भट्ट, ये क्यों नहीं बंदे मारे इन्होंने बाहर ने की है? गरीब गनमैन जेड़े उन्होंने मजदूरी करने वाले वो अंदर फाए लग गए ने जनाब जी। हाँ जी कोई ईद आ रही है। हाँ जी ते तुसी ईद वास्ते किन्ने क तैयार हो? सर जी यही तैयार है, पुराना सूट पाया, यकीन करो नवा नहीं लै सकते। अच्छा। हाँ ना पैसे है ने, तो किराए तो रहने जनाब, गरीब आदमी हाँ, 3500 किराया दिना, झूठ नहीं मारता, 5-7 हज़ार बिल आ जाता जी। हाँ जी कोई पैगाम देना चाहो? पैगाम यही है कि मेहरबानी करन खान साहब, अच्छे तरीके नाल इलेक्शन करान, ईमानदारी नाल, है ना, कोई लड़ाई झगड़ा होए ना, कोई बंदा मरे, कोई जिस ना डसके होया है, हैं किसी ना जुलम ना होए, सियासी जड़ा कोई जिथे वोट पाना चाहता है उन्होंने तहफज मिले, और बकायदा मिलटरी साथ दे इन्हों का, तो जिदी किस्मत होए वो जिते, अल्लाह के हुक्म नाल, आही कोई खान साहब के दुश्मन नहीं, ना खान साहब साडा दुश्मन, ऐसी है नहीं कहिंदे, वो अच्छा ही सोचते होणगे, की पता है उन्होंने अच्छी सोच है साडे लई, पर नहीं मैनू नहीं लगता जिन्नी उन्होंने महंगाई जुलम, महंगाई की वजह की है? महंगाई की वजह यही है कि इन्हों का ना कंट्रोल करना ताजरां ते, जाहर है इन्हां दे लोक ने जेड़े ए कंट्रोल करन, उन्हां ते परचे देन, फ्रूट इंस्पैक्टर जान, जाके कार्रवाई करन, कंट्रोल होती है महंगाई, क्यों नहीं होती? हाँ फ्रूट महकमे पे सख्ती करे। हाँ जी लेकिन खान साहब दे कहंदे ने पाकिस्तान की मैशियत बहुत मजबूत हो गई, तरक्की हो रही है मुल्क दे विच। सर जी ये मैशियत जिन्नी मर्जी तरक्की होए, और जो आवाम नूं तहफ़ज़ नहीं मैशियत नाल उन्हां नूं की लगे? आवाम वेखो माँ जी रो रहे सी, पिट रहे सी, मैं कल्ला तो नहीं पिट रहा, और खुदा की कसम इतने 70 लोगों खिलार के पुछो या 100 नूं पुछो, यही रोना रोन दे ने, जेड़ा है गरीब भुखा मार रहे जनाब। बहुत शुक्रिया, ताबेदार नौकर।